ਚਲਿਆ ਗਿਆ ਕੰਜਰ ਦਾ ਉਹ ਤੂੰ ਨਾਲ ਨਹੀਂ ਗਿਆ ਉਹਦੇ? ਉਹ ਸਾਲੇ ਉਹ ਆਪਾਂ ਏਅਰਪੋਰਟ 'ਤੇ ਖੜ੍ਹੇ ਜਹਾਜ਼ ਹਾਂ, ਇੱਕ ਇੱਕ ਕਰਕੇ ਸਾਰਿਆਂ ਨੇ ਉੱਡ ਜਾਣਾ, ਇਹਦੇ 'ਚ ਬੂਥੀਆਂ ਲਟਕਾਉਣ ਵਾਲੀ ਕਿਹੜੀ ਗੱਲ ਹੈ? ਜਸ਼ਨ ਤੂੰ ਬੀਅਰ ਲੈ ਕੇ ਆ ਯਾਰ, ਉਹ ਕਿਹੜਾ ਸਾਲਾ ਉੱਥੇ ਆਪਾਂ ਨੂੰ ਯਾਦ ਕਰਦਾ ਹੋਊ? ਕੁੱਕੂ ਬਾਈ, ਤੁਹਾਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਚੱਲ ਫਿਰ ਮੁੜ ਚੱਲਦੇ ਹਾਂ, ਰਹਿਣ ਦੇ ਵਿਆਹ ਸ਼ਾਹ ਦਾ ਚੱਕਰ ਛਾ ਕਮਲਿਆ, ਇਸ ਤੋਂ ਪਹਿਲਾਂ ਕਿ ਤੇਰਾ ਮਾਇੰਡ ਚੇਂਜ ਹੋ ਜੇ, ਚੜ ਜਾ ਜਹਾਜੇ ਜਾ ਕੇ। ਖਿਆਲ ਰੱਖੀ ਆਪਣਾ, ਜਾ ਕੇ ਕਾਲ ਕਰਦੇ ਹੀ। ਸਾਲਾ ਭੈਣ ਸਾਥ ਛੱਡ ਗਿਆ ਯਾਰ। ਕਿਉਂ, ਤੂੰ ਦੀ ਘਰ ਵਾਲੀ ਸੀ, ਉਹਨੂੰ ਘਰ ਵਾਲੀ ਲੱਭ ਗਈ ਤੇ ਲੈ ਕੇ ਉੱਡ ਗਈ, ਇੱਕ ਦਿਨ ਆਪਾਂ ਨੂੰ ਵੀ ਲੱਭ ਜਾਣਗੀਆਂ ਤੇ ਆਪਾਂ ਵੀ ਉੱਡ ਜਾਵਾਂਗੇ। ਕਿਉਂ ਬਲਵਾਨ, ਤੂੰ ਬੋਲਦਾ ਹੀ ਨਹੀਂ ਓਏ। ਉਹ ਯਾਰ ਮੈਂ ਨਹੀਂ ਵਿਆਹ ਪੂਜਾ ਕਰਾਉਣਾ, ਇਹ ਕੁੜੀ ਜ਼ਿੰਦਗੀ 'ਚ ਆਈ ਨਹੀਂ, ਯਾਰੀ ਦੋਸਤੀ ਤਾਂ ਭਰਾਵਾਂ 'ਚ ਫੁੱਟ ਪੈ ਜਾਂਦੀ ਆ। ਦੇਖਿਆ ਨਾ ਮੇਰਾ ਵੱਡਾ ਭਰਾ, ਵਿਆਹ ਹੋਇਆ ਨਹੀਂ ਤੇ ਭਰਜਾਈ ਐਂ ਲੈ ਕੇ ਉੱਡ ਗਈ ਉਹਨੂੰ। ਉਹ ਤੂੰ ਕੀ ਜਾਣੇ ਯਾਰ, ਤੂੰ ਕਦੇ ਘੁੱਟ ਪੀਤੀ ਨਹੀਂ, ਤੈਨੂੰ ਕੀ ਪਤਾ, ਨਾਲੇ ਖੁਸ਼ੀ ਨੂੰ ਦੁੱਗਣੇ ਕਰਨ ਦਾ ਏਦੂ ਵਧੀਆ ਤਰੀਕਾ ਹੋਰ ਹੈ ਹੀ ਨਹੀਂ ਗਾ। ਇਹ ਕੰਮ ਨੂੰ ਗਲਤ ਕਰਨ ਦਾ ਵੀ ਯਾਰ, ਮੈਂ ਤਾਂ ਐਂ ਕਹਿਣਾ ਵੀ ਇੱਕ ਦਿਨ ਇੱਕ ਜਹਾਜ਼ ਲੈਂਡ ਕਰੂ। ਤੇ ਉਹਦੇ 'ਚ ਇੱਕ ਬਹੁਤ ਹੀ ਸੋਹਣੀ ਪੰਜਾਬਣ ਜੱਟੀ ਉਤਰੂ। ਇਹ ਮੈਨੂੰ ਆਸਟ੍ਰੇਲੀਆ ਜਾਂ ਕਨੇਡਾ ਨਾਂ ਦੀ ਜੰਨਤ ਦੇ ਵਿੱਚ ਲੈ ਜਾਊਗੀ। ਉਹ ਕੰਜਰੋ, ਸੁਪਨਿਆਂ ਦੀ ਦੁਨੀਆ 'ਚ ਬਾਹਰ ਨਿਕਲੋ, ਉਹ ਜੱਟੀ ਖਤਰਨਾਕ ਵੀ ਹੋ ਸਕਦੀ ਆ। 28 ਕੁੜੀ ਦਾ 47 ਵੇਟ, ਕੁੜੀ ਦਾ 47 ਵੇਟ। ਕੀ ਗੱਲ ਲੱਗੀ? ਆ ਜਿਹੜਾ ਕਹਿ ਰਿਹਾ ਸੀ ਲੱਕ 28 47 ਵੇਟ, ਤੇਰੀ ਮਾਂ ਦਾ ਤਾਂ ਹੋਣਾ ਨਹੀਂ, ਜ਼ਰੂਰ ਤੇਰੀ ਭੈਣ ਦਾ ਹੋਣਾ। ਮੈਨੂੰ ਤਾਂ ਸੀ ਤੂੰ ਕੱਲ ਆਣਾ। ਪੀਐਮ ਕਿਹਾ ਸੀ, ਪੀਐਮ ਏਐਮ ਨਹੀਂ ਕਿਹਾ ਸੀਗਾ? ਕੈਰੀ, ਜੇ ਹੁਣ ਤੂੰ ਆਪਣੇ ਵਾਲਾਂ ਨੂੰ ਹੱਥ ਲੈ ਨਾ ਫਿਰ ਵੇਖ ਲਈ। ਸਿਰਫ ਨਾ ਕੰਡਿਆਂ ਵਾਂਗੂ ਵਾਲ ਜੈਲ ਲਾ ਕੇ ਖੜੇ ਕਰਨੇ ਆਉਂਦੇ ਨੇ ਤੈਨੂੰ, ਹੋਰ ਕੁਝ ਨਹੀਂ ਆਉਂਦਾ ਜਾਂਦਾ। ਉਹ ਦੇਖ ਮੇਰੀ ਭੈਣ, ਗੁੱਸਾ ਨਹੀਂ ਕਰਦਾ, ਮਾਂ ਸਭ ਕਹਿੰਦੇ। ਸ਼ਟ ਅਪ ਗੈਰੀ, ਹੁਣ ਤੂੰ ਕੁਝ ਨਾ ਬੋਲ, ਮੈਂ ਆ ਜਾਾਂਗੀ, ਤੂੰ ਬਿਲਕੁਲ ਟੈਨਸ਼ਨ ਨਾ ਲੈ, ਦਫਾ ਹੋ ਜਾ। ਗੈਰੀ ਨਹੀਂ ਆਇਆ, ਅਬੇ ਟੈਕਸੀ ਕਰਦੇ ਆ, ਚੱਲ। ਹਾਂ ਜਸ਼ਨ, ਚੜਾ ਦਾ ਉਹਨੂੰ। ਅਰੇ ਮੈਨੂੰ ਡਰਾਈਵਰ ਸਮਝਿਆ ਤੁਸੀਂ, ਆਪ ਦਾਰੂ ਪੀ ਕੇ ਪੈ ਜਾਂਦੇ ਹੋ, ਬੰਦੇ ਛੱਡਣ ਮੈਂ ਆਵਾਂ ਸਾਰੇ। ਬਾਈ ਤੂੰ ਆਪ ਹੀ ਤਾਂ ਕਹਿੰਦਾ ਸੀ ਵੀ ਇੰਨੇ ਲੋਕਾਂ ਨੂੰ ਏਅਰਪੋਰਟ ਚੜਾਈਦਾ ਵੀ ਆਪਦੀ ਟੈਕਸੀ ਸਰਵਿਸ ਚਲਾ ਲਈਏ ਭਾਵੇਂ। ਹਾਂ ਟੈਕਸੀ ਨਾ ਪਾਲਵਾਂ ਇੱਥੇ, ਮੈਂ ਓਕੇ ਦਿਆ ਕਰਾਂ ਖੜ ਕੇ ਤੇ ਚਲੋ ਵੀ ਚਲੋ ਦਿੱਲੀ ਪੰਜਾਬ, ਦਿੱਲੀ ਪੰਜਾਬ, ਦਿੱਲੀ ਪੰਜਾਬ, ਦਿੱਲੀ ਪੰਜਾਬ, ਓਕੇ ਦਿਆ ਕਰਾਂ ਤੇ ਆ ਕੇ ਹਾਂਜੀ ਦਿੱਲੀ ਪੰਜਾਬ, ਹੈਲੋ ਦਿੱਲੀ ਪੰਜਾਬ, ਆਪਾਂ ਪੰਜਾਬ ਜਾਣਾ, ਜਲਦੀ ਕਰੋ, ਦੇਖੋ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ, ਛੇਤੀ ਕਰੋ, ਜਲਦੀ ਜਲਦੀ ਤੇ ਗੱਲ ਕਰ ਲਿਓ, ਤੇ ਗੱਲ ਬਾਚੂ ਕਰ ਲਿਓ, ਸਿੱਧੀ ਜੀ ਗੱਲ ਹੈਗੀ ਆ, ਦੇਖੋ ਸਾਡੇ ਕੋਲ ਬਹੁਤ ਸਮਾਨ ਹੈਗਾ, ਜਲਦੀ ਸਾਡਾ ਲਗੇਜ ਫੜੋ ਤੇ ਜਲਦੀ। ਟੈਕਸੀ ਟੈਕਸੀ ਦਾ ਰੇਟ ਵੀ ਮੈਨੂੰ ਪਤਾ, ਕਿੰਨਾ ਲੈਂਦੇ ਹੋ ਤੁਸੀਂ? 12 ਰੁਪਏ ਪਰ ਕਿਲੋਮੀਟਰ, ਮੈਂ ਤੁਹਾਨੂੰ ਟਿਪ ਵੀ ਦਵਾਂਗੀ। ਤੁਸੀਂ ਗੱਲ ਸੁਣਦੇ ਹੋ ਨਾ ਕਿਸੇ ਦੀ? ਨਹੀਂ ਜੀ, ਸਿੱਧੀ ਜੀ ਗੱਲ ਹੈ, ਪਤਾ ਤੁਸੀਂ ਟੈਕਸੀ ਡਰਾਈਵਰ, ਅਸੀਂ ਟੈਕਸੀ ਤੇ ਜਾਣਾ, ਤੁਸੀਂ ਪੰਜਾਬ ਜਾਣਾ, ਅਸੀਂ ਪੰਜਾਬ ਜਾਣਾ, ਪਟਿਆਲੇ ਅਸੀਂ ਜਾਣਾ, ਆ ਸਾਡਾ ਲਗੇਜ ਚੱਲ ਲੈਣਾ। ਮੈਂ ਡਰਾਈਵਰ ਲੱਗਦੇ ਹੋ ਜੀ, ਉਹ ਵੀ ਸ਼ਕਲ ਤੂੰ, ਜਲਦੀ ਕਰੋ। ਹਾਂ ਵੀ ਜਸ਼ਨ,
ਸਾਡੇ ਦਿੱਲੀ ਪੰਜਾਬ ਵਾਲਾ ਕੰਮ ਅਜੇ ਸ਼ੁਰੂ ਵੀ ਨਹੀਂ ਕੀਤਾ, ਪੈਸੰਜਰ ਤਾਂ ਆਪ ਹੀ ਗਏ। ਵਧੀਆ ਗੱਲ ਆ ਬਾਈ, ਰਾਹ 'ਚ ਜੀ ਲੱਗਿਆ ਰਹੂ, ਪੈਸੇ ਠੋਕ ਕੇ ਲੈ ਲਈ ਬਾਈ, ਜਮਾਂ ਠੋਕ ਕੇ। ਹਾਂ, ਜੋਨੀ ਬੋਕਰ ਦੀ ਬੋਤਲ ਬਣ ਜੂ। ਹੈਲੋ, ਤੁਸੀਂ ਨਾ ਆਪਣੀ ਡਰਾਈਵਿੰਗ ਵੱਲ ਧਿਆਨ ਦਿਓ ਪਲੀਜ਼। ਹਾਂ, ਗਾਣੇ ਆਪਣੇ ਘਰ ਜਾ ਕੇ ਗਾਇਓ। ਲੈ, ਆ ਗਾਣੇ ਨੇ ਤਾਂ ਸਾਰਾ ਪੰਜਾਬ ਪੱਟਿਆ ਪਿਆ ਜੀ। ਮੈਂ ਤਾਂ ਮੈਡਮ ਅਜੇ ਹੂੰ ਹੂੰ ਜੀ ਕੱਢੀ ਹੈ ਜੀ, ਇੱਥੇ ਸਾਰਾ ਪੰਜਾਬ ਸੀੜੀਆਂ ਕਢਾਈ ਫਿਰਦਾ। ਮੈਨੂੰ ਨਾ ਸਭ ਕੁਝ ਪਤਾ, ਮੈਂ ਇੱਥੋਂ ਦੀ ਜਾਮ ਪਾਲਾਂ, ਸਮਝ ਆਈ ਗੱਲ? ਕੋਈ ਗੱਲ ਨਹੀਂ, ਤੁਸੀਂ ਗਾਓ। ਮੈਡਮ, ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਜੀ? ਹੁਣੇ ਤੁਸੀਂ ਹੋਰ ਤਰ੍ਹਾਂ ਬੋਲੀ ਜਾਂਦੇ ਸੀ, ਹੁਣ ਹੋਰ ਤਰ੍ਹਾਂ ਬੋਲੀ ਜਾਂਦੇ ਹੋ। ਮੈਂ ਕਹਿ ਰਹੀ ਆ, ਪੰਜਾਬੀ ਤੁਸੀਂ ਬੋਲੀ, ਉਹ ਵੀ ਇੰਨੀ ਵਧੀਆ। ਹੈਲੋ, ਮੇਰੀ ਫਰੈਂਡ ਨੂੰ ਬਹੁਤ ਵਧੀਆ ਪੰਜਾਬੀ ਆਉਂਦੀ ਹੈ, ਸਮਝ ਆਈ ਗੱਲ? ਕਮਾਲ ਹੋ ਗਿਆ ਜੀ। ਇਸ ਵਿੱਚ ਕਮਾਲ ਕੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦੀ? ਨਹੀਂ ਨਹੀਂ, ਬੋਲੋ ਜੀ, ਜਮ ਜਮ ਬੋਲੋ, ਸਾਡਾ ਤਾਂ ਸਗੋਂ ਪੰਜਾਬੀ ਦਾ ਹੋਰ ਸਰੋਤਾ ਵੱਧ ਗਿਆ ਜੀ। ਤੇ ਫਿਰ ਗੱਲ ਸੁਣਾਓ ਨਾ। ਜਿੰਨੇ ਪਿਆਰ ਨਾਲ ਤੁਸੀਂ ਕਹਿ ਰਹੇ ਹੋ ਜੀ, ਮੈਂ ਤਾਂ ਸਾਰੀ ਜ਼ਿੰਦਗੀ ਢੋਲਕੀ ਤੇ ਬੈਠਾ ਰਹਾਂ। ਕਮ ਔਨ, ਗਾਣਾ ਸੁਣਾਓ ਨਾ। ਓਕੇ, ਅਸੀਂ ਯਾਰਾਂ ਦੇ ਯਾਰ ਹਾਂ, ਦੁਨੀਆ ਦੇ ਸਰਦਾਰ ਹਾਂ, ਕਰਦੇ ਸਭ ਨੂੰ ਪਿਆਰ ਹਾਂ, ਕਦੀ ਦਿਲ ਤੇ ਗੱਲ ਨਾ ਲਾਈ। ਅਸੀਂ ਯਾਰਾਂ ਦੇ ਯਾਰ ਹਾਂ, ਦੁਨੀਆ ਦੇ ਸਰਦਾਰ ਹਾਂ, ਕਰਦੇ ਸਭ ਨੂੰ ਪਿਆਰ ਹਾਂ, ਕਦੀ ਦਿਲ ਤੇ ਗੱਲ ਨਾ ਲਾਈ। ਅਸੀਂ ਕੰਮ ਵੀ ਕਰੀਏ ਖੇਤਾਂ ਵਿੱਚ, ਸਰਪੰਚ ਬਣੇ ਪੰਚਾਇਤਾਂ ਵਿੱਚ, ਹਾਂ ਅਸੀਂ ਕੰਮ ਵੀ ਕਰੀਏ ਖੇਤਾਂ ਵਿੱਚ, ਸਰਪੰਚ ਬਣੇ ਪੰਚਾਇਤਾਂ ਵਿੱਚ, ਭਾਵੇਂ ਰਹੀਏ ਅਸੀਂ ਵਲਾਇਤਾਂ ਵਿੱਚ, ਭਾਵੇਂ ਰਹੀਏ ਅਸੀਂ ਵਲਾਇਤਾਂ ਵਿੱਚ, ਖਾਈਏ ਹੱਕ ਦੀ ਅਸੀਂ ਕਮਾਈ। ਅਸੀਂ ਯਾਰਾਂ ਦੇ ਯਾਰ ਹਾਂ, ਦੁਨੀਆ ਦੇ ਸਰਦਾਰ ਹਾਂ, ਕਰਦੇ ਸਭ ਨੂੰ ਪਿਆਰ ਹਾਂ, ਕਦੀ ਦਿਲ ਤੇ ਗੱਲ ਨਾ ਲਾਈ। ਅਸੀਂ ਯਾਰਾਂ ਦੇ ਯਾਰ ਹਾਂ, ਦੁਨੀਆ ਦੇ ਸਰਦਾਰ ਹਾਂ, ਕਰਦੇ ਸਭ ਨੂੰ ਪਿਆਰ ਹਾਂ, ਕਦੀ ਦਿਲ ਤੇ ਗੱਲ ਨਾ ਲਾਈ। ਪੰਜਾਬੀ ਕਹਿੰਦੇ ਨੇ ਨਾ, ਬੜਾ ਫਖਰ ਨਾਲ ਲੈਂਦੇ ਨੇ ਉਹ ਸਾਨੂੰ ਲੋਕ, ਪੰਜਾਬੀ ਕਹਿੰਦੇ ਨੇ ਨਾ, ਬੜਾ ਫਖਰ ਨਾਲ ਲੈਂਦੇ ਨੇ, ਕਈ ਬਾਂਕੇ ਗੱਭਰੂ ਕਹਿੰਦੇ ਨੇ,
ਕਈ ਬਾਂਕੇ ਗੱਭਰੂ ਕਹਿੰਦੇ ਨੇ ਸਾਡੀ ਜੱਗ ਦੇ ਉੱਤੇ ਚੜ੍ਹਾਈ। ਅਸੀਂ ਯਾਰਾਂ ਦੇ ਯਾਰ ਹਾਂ, ਦੁਨੀਆ ਦੇ ਸਰਦਾਰ ਹਾਂ, ਕਰਦੇ ਸਭ ਨੂੰ ਪਿਆਰ ਹਾਂ, ਕਦੀ ਦਿਲ ਤੇ ਗੱਲ ਨਾ ਲਾਈ। ਅਸੀਂ ਯਾਰਾਂ ਦੇ ਯਾਰ ਹਾਂ, ਦੁਨੀਆ ਦੇ ਸਰਦਾਰ ਹਾਂ, ਕਰਦੇ ਸਭ ਨੂੰ ਪਿਆਰ ਹਾਂ, ਕਦੀ ਦਿਲ ਤੇ ਗੱਲ ਨਾ ਲਾਈ, ਕਦੀ ਦਿਲ ਤੇ ਗੱਲ ਨਾ ਲਾਈ, ਉਹ ਕਦੀ ਦਿਲ ਤੇ ਗੱਲ ਨਾ ਲਾਈ। ਸੋਰੀ ਭੈਣ, ਮੈਨੂੰ ਨਾ ਡੇਟ ਦੀ ਕਨਫਿਊਜ਼ਨ ਸੀ, ਮੈਨੂੰ ਇਹ ਸੀ ਕਿ ਤੂੰ ਕੱਲ ਆਉਣਾ, ਨਹੀਂ ਤਾਂ ਤੇਰੀ ਭੈਣ ਦੀ ਸਹੇਲੀ ਹੈ, ਇਹਨੇ ਇੱਥੇ ਰਹਿਣਾ। ਹਾਂ ਓ ਯੈਸ, ਕਿੱਥੇ ਚੱਲਿਆ? ਥੋੜੀ ਜਲ ਲਾਇਆ ਮੈਂ। ਜਲ ਨਾ ਲਾ, ਸਮਾਨ ਲਾ, ਚੱਲ। ਤੁਹਾਡੇ ਕਿੰਨੇ ਪੈਸੇ? ਇਹ ਤਾਂ ਜੀ ਫਿਰ ਮੇਰੇ ਘਰਦਿਆਂ ਨੂੰ ਪਤਾ ਹੋਊਗਾ ਜੀ ਕਿੰਨੇ ਦਾ ਵੇਚਣਾ ਜੀ ਉਹਨਾਂ ਨੇ। ਨਹੀਂ ਨਹੀਂ, ਮੇਰਾ ਮਤਲਬ ਹੈ ਤੁਹਾਡੀ ਟੈਕਸੀ ਦੀ ਕਿੰਨੀ ਪੇਮੈਂਟ ਹੋਈ? ਕਿਹੜੀ ਟੈਕਸੀ ਜੀ? ਐਕਸਕਿਊਜ਼ ਮੀ, ਨਾ ਤਾਂ ਮੇਰੀ ਟੈਕਸੀ ਹੈ ਜੀ, ਨਾ ਮੈਂ ਟੈਕਸੀ ਡਰਾਈਵਰ ਹਾਂ, ਇਹ ਮੇਰੀ ਪਰਸਨਲ ਕਾਰ ਹੈ, ਮੈਂ ਤੁਹਾਨੂੰ ਕਟਸੀ ਸੇਖ ਛੱਡਣ ਆ ਗਿਆ ਜੀ ਇੱਥੇ। ਹੋ ਤੇ ਕੁੜੀਆਂ ਦੇਖ ਕੇ ਮਸਤੀ ਸੁੱਝ ਗਈ ਸੀਗੀ, ਉਦੋਂ ਤਾਂ ਬਹੁਤ ਸਮਾਨ ਚੱਕ ਚੱਕ ਕੇ ਉੱਤੇ ਰੱਖ ਰਹੇ ਸੀ, ਤੇ ਹੁਣ ਕਹਿ ਰਹੇ ਹੋ ਕਿ ਇਹ ਗੱਡੀ ਟੈਕਸੀ ਨਹੀਂ ਤੇ ਮੈਂ ਟੈਕਸੀ ਡਰਾਈਵਰ ਨਹੀਂ। ਵਾਹ ਜੀ ਵਾਹ, ਇਹ ਨਾ ਇਹੀ ਰੀਜ਼ਨ ਹੈ ਕਿ ਤੁਸੀਂ ਬਾਹਰ ਦੇ ਲੋਕ ਨਾ ਇੰਡੀਆ ਆਉਣ ਤੋਂ ਘਬਰਾਉਂਦੇ ਹੋ। ਕਿਉਂ? ਕਿਉਂਕਿ ਇੱਥੇ ਇਹੋ ਜਿਹੇ ਲੋਕ ਮਿਲਦੇ ਨੇ ਜਿਹੜੇ ਇੱਕ ਨੰਬਰ ਦੇ ਝੂਠੇ ਤੇ ਮਕਾਰ ਹੁੰਦੇ ਨੇ, ਚੀਟ ਕਰਦੇ ਫਿਰਦੇ ਨੇ। ਮੈਂ ਕੁਝ ਬੋਲਾਂ ਜੀ? ਮੈਨੂੰ ਬੋਲਣ ਦਾ ਮਤਲਬ ਕੀ ਗੱਲ ਹੈ ਸਰ ਜੀ, ਪਲੀਜ਼, ਇਹ ਕੁਝ ਕਹਿਣਾ ਚਾਹੁੰਦਾ ਹੈ, ਪਲੀਜ਼ ਇਹਨਾਂ ਦੀ ਗੱਲ ਤੇ ਸੁਣ। ਤਨ ਹੈ ਤੂੰ ਇੰਪੋਰਟਡ ਦੇਵੀ, ਜਿਹਨੇ ਇਸ ਅਧਨੇ ਜੇ ਭਗਤ ਦੀਆਂ ਮਨੋ ਭਾਵਨਾਵਾਂ ਨੂੰ ਸਮਝਿਆ ਔਰ ਇਸ ਦੇਸੀ ਦੇਵੀ ਨੂੰ ਚੁੱਪ ਕਰਾਇਆ, ਵਰਨਾ ਦੇਸੀ ਦੇਵੀ ਤੇ ਮਾਈਕ ਹੀ ਨਹੀਂ ਦਿੰਦੀ ਕਿਸੇ ਨੂੰ। ਹੈਲੋ, ਕੀ ਕਹਿ ਰਹੇ ਹੋ ਤੁਸੀਂ ਸਰ ਜੀ? ਪਲੀਜ਼ ਲੈਟ ਮੀ ਕੰਪਲੀਟ ਫਸਟ। ਆਈ ਐਮ ਨੋਟ ਅ ਟੈਕਸੀ ਡਰਾਈਵਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਜੋਗ੍ਰਾਫੀ ਦੀ ਕੀਤੀ ਹੈ, 27 ਕਿੱਲੇ ਪੈਲੀ ਹੈ, ਵਾਈ ਖੇਤੀ ਕਰਦੇ ਹਾਂ ਜੀ, ਔਰ ਮੈਂ ਆਪਣੇ ਦੋਸਤ ਨੂੰ ਏਅਰਪੋਰਟ ਤੇ ਛੱਡਣ ਗਿਆ ਸੀਗਾ, ਟੈਲੀਫੋਨ ਤੇ ਮੈਂ ਗੱਲ ਕਰ ਰਿਹਾ ਸੀ, ਤੁਸੀਂ ਉੱਥੇ ਮੈਨੂੰ ਟੈਕਸੀ ਡਰਾਈਵਰ ਸਮਝ ਕੇ ਫਟਾਫਟ ਆ ਕੇ ਗੱਡੀ 'ਚ ਬਹਿ ਗਏ। ਮੈਂ ਲੈ ਕੇ ਆਇਆ ਰਸਤੇ 'ਚ, ਨਾ ਕੋਈ ਬਦਤਮੀਜ਼ੀ ਕੀਤੀ ਤੁਹਾਡੇ ਨਾਲ, ਨਾ ਤੁਹਾਡੇ ਕੋਲ ਸਮਾਨ ਚੋਰੀ ਕੀਤਾ, ਨਾ ਤੁਹਾਡੇ ਕੋਲ ਪੈਸੇ ਚੋਰੀ ਕੀਤੇ, ਕਿਹਦੇ ਕਰਕੇ ਤੁਸੀਂ ਮੈਨੂੰ ਕਹਿ ਰਹੇ ਮੈਂ ਚੀਟ ਕਰਦਾ? ਤੁਸੀਂ ਜੋ ਮੂੰਹ ਚਾਹੁੰਦਾ ਬੋਲੀ ਜਾਂਦੇ ਹੋ, ਕਿਸੇ ਨੂੰ ਤੁਸੀਂ ਬੋਲਣ ਨਹੀਂ ਦਿੰਦੇ। ਵੈਸੇ ਤੁਹਾਡੇ ਵਾਂਗੂ ਇਹ ਤਾਂ ਲਗਾਤਾਰ ਮੈਂ ਵੀ ਬੋਲ ਸਕਦਾ, ਹੁਣ ਗੱਲ ਕਰੋ। ਯੈਸ, ਇਹ ਗਵਾਰ ਵੀ ਨਹੀਂ ਕਹਾ ਸੀ ਕਿ ਇਹ ਟੈਕਸੀ ਡਰਾਈਵਰ ਹੈ। ਸੌਰੀ, ਮੈਂ ਕਿਹਾ ਸੌਰੀ। ਯਾਰ ਦੁਨੀਆ ਦੀ ਪਹਿਲੀ ਔਰਤ ਹੈ ਜਿਹੜੀ ਸੌਰੀ ਵੀ ਡਾਂਗ ਤੇ ਰੱਖ ਕੇ ਕਹਿੰਦੀ ਹੈ। ਹੈਲੋ, ਮੈਂ ਔਰਤ ਨਹੀਂ ਆ, ਕੁੜੀ ਆ। ਓ ਅਗੇਨ ਸੌਰੀ ਜੀ, ਦੇਖੋ ਮੈਂ ਤੁਹਾਨੂੰ ਔਰਤ ਕਿਹਾ ਉਹਦੇ ਲਈ ਵੀ ਸੌਰੀ, ਮੈਂ ਤੁਹਾਨੂੰ ਉੱਥੋਂ ਏਅਰਪੋਰਟ ਤੋਂ ਤੁਹਾਡੇ ਘਰ ਲਿਆ ਕੇ ਡਰੌਪ ਕੀਤਾ, ਕਟਸੀ ਸੇਖ ਉਹਦੇ ਲਈ ਵੀ ਸੌਰੀ, ਜਿਹੜੀ ਫਿਊਚਰ 'ਚ ਕਿਤੇ ਗਲਤੀਆਂ ਮੇਰੇ ਤੋਂ ਹੋਣੀਆਂ ਉਹਦੇ ਲਈ ਵੀ ਸੌਰੀ, ਠੀਕ ਹੈ ਜੀ? ਬਾਏ ਦ ਵੇ, ਆਈ ਐਮ ਐਨਾ। ਮਾਈਸੈਲਫ ਕਮਲਜੀਤ ਸਿੰਘ, ਹੁਣ ਪਿਆਰ ਨਾਲ ਕੁੱਕੂ ਕਹਿੰਦੇ ਜੀ। ਕੁੱਕੂ? ਨਾ ਕੁੱਕੂ ਨਹੀਂ ਜੀ, ਕੁੱਕੂ। ਕੁੱਕੂ ਇੱਥੇ ਨਾਲੀ ਪਿੰਡ ਹੈ ਜੀ, ਅਮਾਮਪੁਰ, 12-13 ਕਿਲੋਮੀਟਰ ਦੂਰ ਹੈ ਜੀ। ਆਈ ਵਿਲ ਬੀ ਮੋਰ ਦੈਨ ਹੈਪੀ ਇਫ ਯੂ ਕਮ ਸਮ ਟਾਈਮ ਟੂ ਮਾਈ ਪਲੇਸ, ਐਂਡ ਮਾਈ ਭੂਆ ਵਿਲ ਬੀ ਹੈਪੀ। ਭੂਆ, ਆਮ ਸੋਰੀ ਮੈਂ ਬਹੁਤ ਲੇਟ ਹੋ ਗਿਆ, ਮੇਰੀ ਭੂਆ ਨੇ ਜਾਨ ਕੱਢ ਦੇਣੀ ਮੇਰੀ, ਮੇਰੀ ਭੂਆ ਬਹੁਤ ਕੱਬੀ ਹੈ, ਯੂ ਡੋਂਟ ਨੋ। ਕੱਬੀ? ਉਹ ਕੀ ਹੁੰਦਾ ਹੈ ਕਬੀ? ਮਤਲਬ ਕਬੀ 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 ਮੀਨਸ ਵੈਰੀ ਨਾਈਸ ਪਰਸਨ। ਹਾਂ
a wonderful, amazing person. Haan, ehi hunda. Oh, okay, okay. You also very cubby. take care, guys. Sahaj, it's a beautiful place, yaar. Anna, eh mera pind hai. And you will love it, seriously. Asi ithe bahut maze karange. Chal chaliye. ਓਏ ਸਾਲਾ ਕਿਹੜਾ ਮਰ ਗਿਆ ਤੁਹਾਡੇ ਚੋਂ? ਸਾਰੇ ਕਮਰੇ ਦਾ ਮਾਹੌਲ ਹੀ ਖਰਾਬ ਕਰਕੇ ਰੱਖਦਾ। ਪਹਿਲਾਂ ਸਾਲੇ ਮੁਰਗੇ ਖਾਈ ਜਾਂਦੇ ਨੇ, ਫਿਰ ਬਾਂਗਾਂ ਦੇ ਜਾਂਦੇ ਨੇ। ਓਏ ਖੜਾ ਹੋ ਤੂੰ, ਪੈ ਜਾਣ ਸਿਰ, ਕੀ ਕਰੀ ਜਾਂਦੇ? ਓਏ ਖੜਾ ਹੋ ਤੂੰ, ਕੀ ਆ ਯਾਰ? ਸਾਲਾ ਕੋਈ ਤੇਰੀ ਅੱਜ ਇੰਟਰਵਿਊ ਸ਼ਿੰਟਰਵਿਊ ਨਹੀਂ? ਤੂੰ ਜਾ ਆਪਦੀ ਸਿਹਤ ਬਣਾ, ਹੈਂ ਸੌਣ ਦੇ ਸਾਨੂੰ, ਲਹੂ ਪੀ ਜਾਂਦਾ। ਉਹ ਸਿਆਣੇ ਕਹਿੰਦੇ ਨੇ ਵੀ ਬੰਦੇ ਨੂੰ ਉੱਠ ਕੇ ਕਸਰਤ ਕਰਨੀ ਚਾਹੀਦੀ ਆ, ਇਹਦੇ ਨਾਲ ਉਹਦੀ ਮਸ਼ੀਨਰੀ ਠੀਕ ਰਹਿੰਦੀ ਆ ਤੇ ਜਨਾਬ ਇੱਥੇ ਪਏ ਨੇ। ਓ ਯਾਰ ਤੂੰ ਆਪਦੀ ਮਸ਼ੀਨਰੀ ਠੀਕ ਕਰ, ਸਾਡੀ ਮਸ਼ੀਨਰੀ ਫਿੱਟ ਹੈਗੀ। ਉਹ ਸਾਲੇ ਜੀ ਤੁਹਾਡਾ ਇਹੀ ਹਾਲ ਰਿਹਾ ਨਾ, ਤੁਹਾਡੇ ਪਟੇ ਕਮਾਣੀਆਂ ਫੇਲ ਹੋ ਜਾਣੇ ਨੇ। ਜੇ ਤੁਸੀਂ ਐਵੇਂ ਦਾਰੂ ਪੀਂਦੇ ਰਹੇ ਤੁਹਾਡਾ ਜਿਗਰ ਖਰਾਬ ਹੋ ਜੂ, ਤੁਹਾਡਾ ਇੰਜਣ ਤੇਲ ਚੱਕ ਜੂ। ਉਹ ਤੂੰ ਜਸ਼ਨ, ਸਾਲਿਆ ਪੜ੍ਹ ਲਿਖ ਕੇ ਸਾਰੀਆਂ ਖੂਹ ਖਾਤੇ ਪਾਈਏ ਨਾ, ਤੂੰ ਤਾਂ ਕੁਛ ਸੋਚ। ਯਾਰ ਪਹਿਲਾਂ ਤੂੰ ਹੀ ਦਵਾ ਲਾ ਨੌਕਰੀ, ਹੈਂ 150 ਇੰਟਰਵਿਊ ਦੇ ਲਈ, ਹਾਲੇ ਤੱਕ ਤਾਂ ਕੋਈ ਗੱਲ ਬਣੀ ਨਹੀਂ। ਸਿਫਾਰਿਸ਼ ਬਿਨਾਂ ਨਹੀਂ ਕੋਈ ਪੁੱਛਦਾ। ਓਏ ਤੂੰ ਜਗਤਾਰ, ਜਗਤਾਰ ਗੱਲ ਸੁਣ ਯਾਰ ਮੇਰੀ, ਤੂੰ ਕੁਛ ਬੰਦੇ ਪੈਦਾ ਹੁੰਦੇ ਨੇਗੇ ਐਸ਼ ਕਰਨ ਨੂੰ, ਹਾਂ, ਤੇ ਕੁਛ ਬੰਦੇ ਪੈਦਾ ਹੁੰਦੇ ਨੇ ਉਹਨਾਂ ਦੀ ਸੇਵਾ ਕਰਨ ਨੂੰ। ਆਹੋ, ਆਪੋ ਆਪਣੀ ਡਿਊਟੀ ਕਰੋ। ਸਾਲੇ ਖਟਮਲ ਕਿਸੇ ਥਾਂ ਤੇ, ਮੇਰਾ ਲਹੂ ਨਹੀਂ ਪੀ ਚੁੱਕਿਆ ਇਹਨਾਂ ਨੇ। ਇਹ ਯਾਰੀ ਵੀ ਬਹੁਤ ਮਾੜੀ ਚੀਜ਼ ਆ। ਆ ਬਈ, ਕਿੱਥੇ ਰਹਿਣਾ ਅੱਜ ਕੱਲ? ਤੇਰੀ ਬੁੜੀ ਨੂੰ ਪੁੱਛਿਆ, ਉਹ ਸਾਨੂੰ ਅੱਗੋਂ ਖਾਣ ਨੂੰ ਪਈ। ਵੈਸੇ ਤਾਂ ਭੂਆ ਮੇਰੀ, ਬਾਕੀ ਤੁਹਾਡੇ 'ਚ ਜੰਮਣ ਵਾਲੀ ਨੂੰ ਬੁੜੀ ਕਹਿੰਦੇ ਹੁੰਦੇ? ਕਰਮੇ ਬਾਈ, ਮਾਮਲਾ ਕੁਛ ਤੱਤਾ ਲੱਗਦਾ, ਠੰਡਾ ਕਰਨਾ ਪੈਣਾ। ਕੋਈ ਗੱਲ ਨਹੀਂ, ਪਾ ਦਿੰਦੇ ਇਹਦੇ ਰੇਡੀਏਟਰ 'ਚ ਵੀ ਪਾਣੀ, ਨਹੀਂ ਤਾਂ ਫਿਰ ਨਹਿਰ 'ਚ ਸੁੱਟ ਦਿਆਂਗੇ। ਹਾਂ ਬਾਈ, ਦੱਸ ਕੀ ਫੈਸਲਾ ਤੇਰਾ? ਫੈਸਲਾ ਮੇਰਾ ਉਹੀ ਹੈ ਜੀ ਜਿਹੜਾ ਪਹਿਲਾਂ ਸੀ। ਮੈਂ ਕਿਹੜਾ ਤਹਿਸੀਲਦਾਰ ਵੀ ਪੈਸੇ ਲੈ ਕੇ ਫੈਸਲਾ ਬਦਲ ਦੂੰ? ਉਹ ਗੱਲ ਸੁਣੋ ਮੇਰੀ, ਤੇਰੀ ਹਾਈਵੇ ਬਾਰੇ ਟੱਕ ਦੇ ਜੋ ਪੈਸੇ ਸਰਦਾਰ ਜੀ ਦੇ ਸਕਦੇ ਨੇ ਨਾ, ਕਿਸੇ ਨੇ ਨਹੀਂ ਦੇਣੇ। ਸਰਦਾਰ ਜੀ ਤਾਂ ਜੀਟੀ ਰੋਡ ਦੇ ਪੈਸੇ ਵੀ ਦੇ ਸਕਦੇ ਆ, ਗੌਰਮੈਂਟ ਵੇਚ ਦੂਗੀ। ਨਾ ਨਾ ਦੀ ਹਾਂ ਤਾਂ ਸਾਨੂੰ ਚੰਗੀ ਤਰ੍ਹਾਂ ਕਰਵਾਉਣੀ ਆਉਂਦੀ ਹੈ। ਹੈਲੋ, ਕਿੱਥੇ ਹੋ ਕੁੱਕੂ ਸਾਹਿਬ? ਮੈਂ ਇੱਧਰ ਕਰਮਾ ਬਾਈ ਆਇਆ ਸੀ। ਇਹਦੇ ਕੋਲ ਹੀ ਬੈਠੇ ਦੇ ਕੋਲ, ਗਧੇ ਦੇ ਪੁੱਤਰ ਕੋਲ। ਨਹੀਂ ਨਹੀਂ ਭਰਾ, ਆਪਣਾ ਭਰਾ ਤੇ ਹੈ, ਪਰ ਤੁਸੀਂ ਐ ਕਰੋ ਮੇਰੇ ਵੱਲ ਆਓ, ਆਪਾਂ ਕਿਤੇ ਕੰਮ ਜਾਣਾ ਹੈ। ਅੱਛਾ, ਮੈਂ ਫਿਰ ਕਰਮੇ ਬਾਈ ਨੂੰ ਨਾਲ ਹੀ ਲੈਵਾਂ? ਉੱਪਰੇ ਯਾਰ ਇਹਨੂੰ ਸੁੱਟ ਟੱਠੇ ਖੋ ਵਿੱਚ, ਇਹ ਤਾਂ ਵਿਹਲਾ ਹੈ, ਨਾਲੇ ਇਹਨੂੰ ਸਾਨੂੰ ਵਿਹਲੇ ਰੱਖਣਾ ਹੈ, ਛੇਤੀ ਆਓ, ਨਾਲੇ ਇਸ ਕੰਜਰ ਨੂੰ ਨਾਲ ਲੈ ਲਿਆਇਓ। ਚਲੋ ਫਿਰ ਮੈਂ ਆਉਣਾ ਬਾਈ ਜੀ। ਪਤਾ ਨਹੀਂ ਗਲਤੀ ਨਾਲ ਸਪੀਕਰ ਲੱਗਾ ਰਹਿ ਗਿਆ, ਆਫ ਹੀ ਨਹੀਂ ਕਰਨਾ ਆਉਂਦਾ। ਕੌਣ ਸੀ ਇਹ ਦੱਸ ਜਿਹੜਾ ਮੈਨੂੰ ਗਾਲਾਂ ਕੱਢੀ ਜਾਂਦਾ ਸੀਗਾ? ਚਲੋ ਛੱਡੋ ਜੀ, ਹੁਣ ਤੁਸੀਂ ਐਵੇਂ ਕਾਹਨੂੰ ਗਰਮ ਹੁੰਦੇ ਹੋ? ਉਹ ਦਰਅਸਲ ਉਹਨੂੰ ਪਤਾ ਨਹੀਂ ਸੀ ਸਪੀਕਰ ਲੱਗਾ ਹੋਇਆ, ਹੁਣ ਤੁਹਾਨੂੰ ਪਿੱਠ ਪਿੱਛੇ ਤਾਂ ਸਾਰੇ ਗਾਲਾਂ ਕੱਢਦੇ ਆ, ਉਹ ਮੂੰਹ ਤੋਂ ਹੀ ਕੱਢੀ ਗਿਆ ਜੀ। ਤੂੰ ਇਹਦਾ ਨਾਂ ਦੱਸ, ਨਾਂ ਦੱਸ, ਨਹੀਂ ਤਾਂ ਤੇਰਾ ਮੱਕੂ ਠੱਪ ਦੇਣਾ ਵਾ। ਮੇਰਾ ਨਾਂ ਕਾਹਨੂੰ ਤੁਸੀਂ ਗਰਮ ਹੁੰਦੇ ਹੋ? ਨੰਬਰ ਲੈ ਲਓ ਇਹਦਾ, ਹੋਰ ਕੀ ਹੈ? ਹਾਂ, ਨੰਬਰ ਦੱਸ, 140 720 10 720 10 ਜਗਤਾਰ ਨਾਮ ਹੈ ਜੀ। ਜਗਤਾਰ ਬੋਲ ਰਿਹਾ। ਓਏ ਤੂੰ ਮੈਨੂੰ ਗਾਲਾਂ ਕੱਢ ਰਿਹਾ, ਮੈਨੂੰ ਜਾਣਦਾ ਨਹੀਂ ਸੂਰਦਿਆ ਹੱਡਾ? ਜੇ ਆਪਦੇ ਅਸਲੀ ਪਿਓ ਦਾ ਪੁੱਤ ਆ ਨਾ ਤਾਂ ਮੇਰੇ ਆਹਮਣੇ ਸਾਹਮਣੇ ਹੋ। ਕੌਣ ਬੋਲ ਰਿਹਾ ਤੂੰ? ਨਾ ਮੈਂ ਕਰਮਾ ਬੋਲਦਾ, ਕਰਮਾ
ਜਿਹਨੂੰ ਹੁਣੇ ਤੂੰ ਗਾਲਾਂ ਕੱਢੀਆਂ ਸੀ। ਜੇ ਆਪਦੀ ਮਾਂ ਦਾ ਦੁੱਧ ਪੀਤਾ ਨਾ ਤਾਂ ਅੱਧੇ ਘੰਟੇ ਬਾਅਦ ਸਟੇਡੀਅਮ ਦੇ ਵਿੱਚ ਮਿਲ ਮੈਨੂੰ। ਦੇਖ ਜੇ ਤੇਰਾ ਇੰਜਣ ਤੇਲ ਚੱਕਦਾ ਤੇ ਜੇ ਮੇਰਾ ਕੀ ਕਸੂਰ। ਮੇਰਾ ਕੰਮ ਤਾਂ ਗੱਡੀ ਦੀ ਸਰਵਿਸ ਕਰਨਾ ਹੈ। ਤੂੰ ਫੋਨ ਕੱਟ, ਯਾਰ ਆਇਆ ਲੈ। ਮੈਨੂੰ ਮਾਹੌਲ ਕੁਝ ਠੀਕ ਨਹੀਂ ਲੱਗਦਾ। ਟੋਲੇ ਛੋਲੇ ਖਰਾਬ ਕਰਨਗੇ। ਸਕੂਲ ਤੋਂ ਬਾਅਦ ਤਾਂ ਮੈਂ ਕਿਤੇ ਕੁੱਟ ਵੀ ਨਹੀਂ ਖਾਈ। ਕੀ ਕਰੀਏ, ਨਿਕਲ ਚੱਲੀਏ ਬਹਿ ਬਹਿ ਕੇ। ਛੇਤੀ ਕਰੋ। ਹੈਲੋ, ਭੱਜਣ ਦਾ ਖਿਆਲ ਦਿਮਾਗ ਚੋਂ ਕੱਢ ਦਿਓ। ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ। ਬਾਈ ਜੀ, ਆਪਣੇ ਕਰਮੇ ਬਹਿਣ ਦਾ ਮਜ਼ਾਕ ਕਰਨ ਦੀ ਬਹੁਤ ਆਦਤ। ਦੱਸ ਬਾਈ। ਹਾਂ ਬਾਈ ਜੀ, ਮੈਂ ਤਾਂ ਜੀ ਤੁਹਾਡੇ ਨਾਲ ਐਵੇਂ ਛੇੜਾਂ ਕਰਦਾ ਸੀਗਾ ਜੀ। ਵੈਸੇ ਅਸੀਂ ਸਾਰੇ ਜਾਣੇ ਨਾ ਜੀ ਹਿੰਸਾ ਦੇ ਪੁਜਾਰੀ ਹਾਂ ਜੀ, ਹਿੰਸਾ ਦੇ ਭਾਈ ਜੀ। ਪਰ ਮੈਨੂੰ ਮਜ਼ਾਕ ਪਸੰਦ ਨਹੀਂ, ਪਹਿਲ ਕਰੀਦ ਨਹੀਂ। ਅਤੇ ਜੇ ਕੋਈ ਖੁਦ ਪੰਗਾ ਲਵੇ ਫਿਰ ਬਿਨਾਂ ਸਰਵਿਸ ਕੀਤੇ ਜਾਣ ਦੇਈਦਾ ਨਹੀਂ। ਬੋਲੋ, ਇਕੱਠੇ ਭਿੜੋਂਗੇ ਜਾਂ ਫਿਰ ਇਕੱਲਾ ਇਕੱਲਾ? ਤੂੰ ਚੱਲ ਖਾ ਖਾ ਪਿੱਟੀ ਜਾਂਦਾ ਵਾ, ਚੱਲ ਭਲਵਾਨਾ ਖਾ ਖਾ ਕੇ ਬੋਡੀ ਬਣਾਈ ਆ, ਚੱਲ ਹੁਣ ਤੂੰ ਆ ਜਾ। ਕਰਮ ਸਿੰਘ ਸੰਧੂ ਭਾਈ ਜੀ, ਮੈਂ ਤਾਂ ਜੀ ਕੁੱਤਾ ਬਾਈ ਜੀ। ਪਟਾ ਲਿਆਓ, ਗੱਲ ਚ ਪਾਓ ਤੇ ਪਾਲ ਲਓ ਜੀ। ਕੁੱਤੇ ਰੱਖਣ ਦਾ ਸ਼ੌਕ ਤਾਂ ਮੈਨੂੰ ਵੀ ਬਹੁਤ ਆ, ਪਰ ਸਾਲਿਆ ਤੇਰੀ ਨਸਲ ਚੰਗੀ ਨਹੀਂ, ਖੜ ਤੇਰੀ ਕੁਤੀੜ ਦੀ। ਵੇਖ ਪੁੱਤ, ਮੈਂ ਕਹਿੰਦੀ ਹਾਂ ਆਪਾਂ ਉਹ ਜ਼ਮੀਨ ਵੇਚ ਹੀ ਦਈਏ, ਉਹਦੇ ਬਦਲੇ ਆਪਾਂ ਇਸ ਪਾਸੇ ਹੋਰ ਜ਼ਮੀਨ ਖਰੀਦ ਲਾਂਗੇ। ਤਾਂ ਕੱਲ ਨੂੰ ਇਸ ਪਾਸੇ ਜ਼ਮੀਨ ਪਸੰਦ ਆ ਗਈ ਤਾਂ ਅਸੀਂ ਉਸ ਪਾਸੇ ਖਰੀਦ ਲਾਂਗੇ। ਮਤਲਬ ਉਹ ਮਦਾਰੀ ਹੋ ਗਿਆ ਤਾਂ ਅਸੀਂ ਬਾਂਦਰ ਹੋ ਗਏ, ਜਿਵੇਂ ਨਚਾਈ ਜਾਵੇ ਨੱਚੀ ਜਾਈਏ। ਹਾਂ, ਸਾਡੇ ਮਾਲ 'ਤੇ ਸ਼ਾਪਿੰਗ ਮਾਲ ਬਣਾਉਣਾ ਚਾਹੁੰਦਾ ਸਾਲਾ, ਬਣਾਉਣ ਦਿੰਦਾ ਉਹਨੂੰ ਮੈਂ, ਵੱਢ ਨਾ ਦਊਂ। ਆਹੋ, ਪਹਿਲਾਂ ਤੇਰੇ ਮਾਂ ਬਾਪ ਚਲੇ ਗਏ, ਹੁਣ ਤੂੰ ਆ ਪੁੱਠੀਆਂ ਜਿਹੀਆਂ ਗੱਲਾਂ ਕਰੀ ਜਾਂਦਾ। ਮੈਂ ਆਪਣੀ ਸਾਰੀ ਜ਼ਿੰਦਗੀ ਤੇਰੇ 'ਤੇ ਵਿੰਨੀ ਦੇ ਲੇਖੇ ਲਾ ਦਿੱਤੀ, ਨਾ ਕਾਹਦੇ ਲਈ ਆਹ ਦਿਨ ਵੇਖਣ ਨੂੰ। ਤੈਨੂੰ ਕਿੰਨੀ ਵਾਰੀ ਕਿਹਾ ਭੂਆ ਵੀ ਏਕਤਾ ਕਪੂਰ ਦੇ ਸੀਰੀਅਲ ਨਾ ਦੇਖਿਆ ਕਰ, ਮਿੰਟ 'ਚ ਇਮੋਸ਼ਨਲ ਹੁੰਦੀ ਆ ਤੂੰ। ਹੈਂ ਨਾ, ਉਹਨਾਂ ਦਾ ਧੱਕਾ ਵੀ ਚੱਲਦੇ, ਸਾਡਾ ਕਾਨੂੰਨ ਵੀ ਨਾ ਚੱਲੇ। ਇਹ ਤਾਂ ਉਹ ਗੱਲ ਹੋ ਗਈ ਨਾ ਜੀ ਵੀ ਤੁਹਾਡੀ ਅੱਖ ਅੱਖ ਤਾਂ ਸਾਡੀ ਅੱਖ ਡੇਲਾ। ਆਹੋ, ਸਿਆਣਾ ਹੋ ਗਿਆ ਹੁਣ ਤੂੰ, ਤੈਨੂੰ ਮੇਰੀ ਲੋੜ ਨਹੀਂ ਹੈ।